ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਬੱਦੋਵਾਲ, ਤਹਿਸੀਲ ਫਤਿਹਗੜ੍ਹ ਚੂੜੀਆਂ ਅਤੇ ਜ਼ਿਲ੍ਹਾ ਗੁਰਦਾਸਪੁਰ, ਬਲਕਾਰ ਸਿੰਘ ਹੋਣਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚੰਗੀਆਂ ਵਿਹੜਾਂ ਤੁਹਾਨੂੰ ਦਿਖਾਵਾਂਗੇ, ਜਿਨ੍ਹਾਂ ਦੇ ਵਿੱਚ ਦੋ ਸੂਈਆਂ ਵਾ ਅਤੇ ਇੱਕ ਗੱਬਨ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਉਹਨਾਂ ਦੇ, ਪੁੱਛਦੇ ਇਹਨਾਂ ਬਾਰੇ ਸਾਰੀ ਡਿਟੇਲ। ਕਾਫੀ ਸੋਹਣੀਆਂ ਵਿਹੜਾਂ ਤੁਹਾਨੂੰ ਅੱਜ ਤੁਹਾਨੂੰ ਦਿਖਾਉਣੀਆਂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਵਧੀਆ ਵਧੀਆ, ਤੁਸੀਂ ਦੱਸੋ। ਸਭ ਤੋਂ ਪਹਿਲਾਂ ਮੈਂ ਸਾਰੀ ਗੁਰੂ ਨਾਨਕ ਲੇਵਾ ਸਾਹਿਬ ਨੂੰ ਸੀਸ ਝੁਕਾ ਕੇ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਹਾਂ ਤੁਹਾਡੇ ਚੈਨਲ ਦੇ ਮੀਡੀਅਮ ਰਾਹੀਂ ਜਿੱਥੇ ਜਿੱਥੇ ਵੀ ਸੰਗਤ ਵੱਸਦੀ ਆ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਮਿਹਰ ਆ ਅਤੇ ਮੇਰੀ ਰਹਿਣੀ ਆ, ਕਿਉਂਕਿ ਆਪਾਂ ਕਲਯੁੱਗ ਜੀਵੇ ਹਾਂ, ਸੰਸਾਰੀ ਜੀਵੇ ਹਾਂ ਅਤੇ ਸਮਾਂ ਜਿਹੜਾ ਵਾ ਕਰਵਟ ਲੈਂਦਾ ਰਹਿੰਦਾ, ਹੈ ਨਾ? ਹਾਂਜੀ। ਅਤੇ ਜਦੋਂ ਕੋਈ ਚੰਗਾ ਕੰਮ ਹੁੰਦਾ ਵਾ ਉਦੋਂ ਕਹਿੰਦੇ ਅਸੀਂ ਮੈਂ ਕੀਤਾ, ਹੈ ਨਾ? ਹਾਂਜੀ ਹਾਂਜੀ। ਜੇ ਕੋਈ ਥੋੜ੍ਹੀ ਬਹੁਤੀ ਗਿਰਾਵਟ ਆਉਂਦੀ ਆ, ਹਾਂਜੀ ਹਾਂਜੀ, ਫਿਰ ਆਪਾਂ ਨੇ ਰੱਬ ਦੀ ਕੀਤੀ, ਹੈ ਨਾ? ਹਾਂਜੀ ਹਾਂਜੀ। ਇਸ ਕਰਕੇ ਆ ਵੀ ਮੈਂ ਆਸ ਕਰਦਾ ਵਾਂ ਜਿੱਥੇ ਜਿੱਥੇ ਵੀ ਭੈਣ ਭਰਾ ਵੱਸਦੇ ਨੇ ਖੁਸ਼ ਹੋਣਗੇ, ਖੁਸ਼ ਰਹਿਣਗੇ ਤਾਂ ਪਰਮਾਤਮਾ ਉਹਨਾਂ ਨੂੰ ਖੁਸ਼ ਰੱਖੇ। ਹਾਂਜੀ ਹਾਂਜੀ। ਮੈਂ ਇਹੋ ਅਰਦਾਸ ਕਰਦਾ ਵਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਅਤੇ ਸਰਬੱਤ ਦਾ ਭਲਾ ਮੰਗਦਾ ਵਾਂ। ਮੇਰੇ ਕੋਲੋਂ ਕੰਮ ਕਰਦੇ ਹਾਂ ਕਿਸੇ ਭੈਣ ਭਰਾ ਦਾ ਦਿਲ ਦੁਖਿਆ ਹੋਵੇ, ਮੈਂ ਦੋਵੇਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਵਾਂ। ਇਸ ਕਰਕੇ ਉਹ ਸਾਡੇ ਕੋਲ ਤਿੰਨ ਪਸ਼ੂ ਨੇ। ਠੀਕ ਆ, ਅਤੇ ਨਾਮ ਕਰੇ ਦੱਸ ਦਈਏ ਪਹਿਲਾਂ। ਨਾਮ ਮੇਰਾ ਬਲਕਾਰ ਸਿੰਘ ਪੰਨੂ ਆ। ਹਾਂਜੀ। ਪਿੰਡ ਮੇਰਾ ਬੱਦੋਵਾਲ ਕਲਾਂ ਆ, ਸਤਸ਼ੀਲ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਆ ਜੀ। ਠੀਕ ਆ ਜੀ। ਅੱਜ ਮੇਰੇ ਕੋਲ ਤਿੰਨ ਐਨੀਮਲ ਨੇ। ਠੀਕ ਆ। ਇੱਕ ਆ ਵੱਛੀ ਆ। ਹਾਂਜੀ। ਮੈਂ ਤੈਨੂੰ ਬਹੁਤ ਸਿਰੇ ਦੀ ਗਿਣਨਾ ਵਾ। ਨਹੀਂ, ਹੈ ਵੀ ਸੋਹਣੀ ਆ। ਚਲੋ, ਨਗੀਨਾ ਇਹ ਕੱਲੀ ਗੱਬਣ ਆ, ਬਾਕੀ ਸੂਈਆਂ ਵਾ, ਹਨਾ? ਨਹੀਂ, ਇਹ ਨਾ ਤੋਕੜ ਆ ਹਰਬੀਰ। ਅੱਛਾ, ਇਹ ਤੋਕੜ ਆ। ਅੱਛਾ ਅੱਛਾ, ਤੋਕੜ ਕਰਕੇ ਦੇਣੀ ਆ। ਅੱਛਾ, ਇਹਦੇ ਥੱਲੇ 8 ਕਿਲੋ ਦੁੱਧ ਆ ਇਸ ਟਾਈਮ ਤੇ। ਅੱਛਾ, ਸ਼ਾਮ ਨੂੰ ਮੈਂ ਚੋਇਆ ਸੀ 5 ਕਿਲੋ ਆ ਤੇ ਸਵੇਰੇ ਚੋਇਆ ਤੇ 4 ਕਿਲੋ ਆਇਆ ਵਾ। ਅੱਛਾ, ਪਰ ਮੈਂ 8 ਕਿਲੋ ਦੁੱਧ ਕਰਕੇ ਦੇਵਾਂਗਾ ਤੇ ਮੇਰੇ ਕੋਲ ਰਹੀ ਲਈ ਮੈਂ ਘਰ ਵਾਸਤੇ ਉਤਰਾਂ। ਅੱਛਾ, ਕਿਉਂਕਿ ਮੈਨੂੰ ਪਤਾ ਵਾ ਕਿ ਕਰਤੂਤ ਦਾ ਵੈਟ ਦਾ ਵੀ ਬੂਥੀ ਕਿਤਨਾ ਦੀ ਹੈ ਜੀ। ਠੀਕ ਆ, ਵੈਟ ਦੀ ਕੰਡੀਸ਼ਨ ਕੀ ਆ? ਹਾਂਜੀ ਹਾਂਜੀ, ਵੈਟ 1.5 ਲੱਖ ਰੁਪਏ ਦੀ। ਹਾਂਜੀ, ਪਰ ਇਹ ਆ ਵੀ ਤੁਸੀਂ ਕੈਮਰਾ ਮਾਰਤਾ, ਵੀਡੀਓ ਦੇ ਵੇਖ ਲਓ, ਕੋਈ ਰਸਾ ਨਹੀਂ ਬਦਲਿਆ ਆਪਾਂ। ਹਾਂਜੀ ਹਾਂਜੀ, ਜਿਹੜੇ ਰਸੇ ਚ ਆਈ ਉਸੇ ਰਸੇ ਦੀ ਵੀਡੀਓ ਪਾ ਦੇਣ ਲੱਗੇ ਆ। ਠੀਕ ਆ, ਕਿਉਂਕਿ ਮਨ ਮੇਰਾ ਨਹੀਂ ਹੈਗਾ ਤੁਸੀਂ ਮਾਰਤਾ ਕੈਮਰਾ, ਮੈਂ ਕੋਈ ਗੱਲ ਨਹੀਂ ਮਾਰਤਾ। ਠੀਕ, ਨਾਲ ਖਲੋਤੇ ਵੀ ਚਲੋ ਇਹਦੇ ਲੱਗ ਗਏ ਹਨ। ਸਾਨੂੰ 2 ਰੁਪਏ ਮਿਲੇ, ਆਪਾਂ ਦੇ ਦਿੰਦੇ ਹਾਂ। ਠੀਕ ਠੀਕ ਆ। ਇਸ ਕਰਕੇ ਜੇ ਕਿਸੇ ਨੂੰ ਚੰਗੀ ਲੱਗਦੀ ਹੈ ਤਾਂ ਫੋਨ ਕਰ ਸਕਦਾ ਵਾ। ਕਿੰਨਾ ਦੁੱਧ ਦੇ ਦੇਖੋ ਪੱਕਾ? ਦੁੱਧ ਇਹਦੇ ਕੋਲ 8 ਕਿਲੋ ਕਰਕੇ ਦੇਵਾਂਗੇ ਦੁੱਧ, ਭਾਵੇਂ 10 ਕਿਲੋ ਕਰ ਦੇਣਾ, ਕੱਲ੍ਹ ਤੱਕ ਦਿਲ ਲੱਗ ਜਾਏ ਕੱਲ੍ਹ ਹੀ ਆਈਏ। ਚਲੋ, ਇਹ ਫਿਰ ਤੋੜ ਕੇ ਵਿਖਾ ਦਈਏ ਕਰੀ ਥੋੜਾ। ਇਹਨੇ ਤਾਂ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ। ਸੱਜਣ ਵੇਖ ਲਓ, ਪਹਿਲਾਂ ਸੂਆ ਛੱਗੀ ਵਹਿੜਿਆ ਅਤੇ ਬਾਕੀ ਹੈ ਕਾਫੀ ਕਮਾਲ ਦੀ ਆ, ਜਿਹੜੀ ਚੰਗੀ ਬਰੀਡ ਵਾਲੀ ਤੋਕੜ ਵਹਿੜਿਆ, ਜਿਹੜੀ ਜਿਹੜੇ ਵੀ ਸ਼ੌਕੀਨ ਆ ਚੰਗੀਆਂ ਸੋਹਣੀਆਂ ਵਹਿੜਾਂ ਰੱਖਣ ਦੇ। ਬਾਕੀ ਦੋ ਤੁਹਾਨੂੰ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ, ਇਸ ਤੋਂ ਬਾਅਦ ਉਹ ਵੀ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ। ਹਾਂਜੀ ਹਾਂਜੀ, ਮੈਂ ਵੱਛੀਆਂ ਪਾਲ ਲਿਆ 4। ਆਹੋ, ਆਹ ਵੱਛੀਆਂ ਜਿਹੜੀਆਂ ਵੇਚੀਆਂ ਨੇ, ਜਿਹੜੀਆਂ ਵੱਛੀਆਂ ਤਿਆਰ ਹੋਈਆਂ। ਹਾਂਜੀ, ਮੇਰੇ ਹਿਸਾਬ ਨਾਲ ਇਹ 80-90 ਹਜ਼ਾਰ ਰੁਪਇਆ, ਜੇ ਆਪਾਂ ਕਾਪੀ ਪੈਨ ਨਾਲ ਚੱਲੀਏ ਤਾਂ ਲੱਗ ਜੂਗਾ, ਪਹੁੰਚ ਜਾਣਾ ਇੱਥੋਂ ਤੱਕ। ਹੁਣ ਆਹ ਜਿਹੜੀ ਵੱਛੀ ਆ, ਹਾਂਜੀ, ਮੰਨ ਲਓ ਇਹਨੂੰ ਟੀਕਾ ਲੱਗਾ ਜਾਂ ਨਹੀਂ ਲੱਗਾ, ਘਰ ਵਾਲੇ ਕਿਤੇ ਟੀਕਾ ਲੱਗਾ ਵਾ, ਹਾਂਜੀ, ਆਪਾਂ ਗਿਣ ਲੈਂਦੇ ਹਾਂ ਵੀ ਇਹ ਨਹੀਂ ਟੀਕਾ ਖਾਲੀ ਜੀ, ਹਾਂਜੀ ਖਾਲੀ ਆ। ਹਾਂਜੀ, ਕਿਉਂਕਿ ਆਪਾਂ ਜੇ ਦੇਵਾਂਗੇ ਤੇ ਆਪਾਂ ਖਾਲੀ ਕਰਕੇ ਦੇਵਾਂਗੇ। ਹਾਂਜੀ ਹਾਂਜੀ, ਆਪਣ ਕਰਕੇ ਨਹੀਂ ਦੇਵਾਂਗੇ। ਹਾਂਜੀ, ਪਰ ਇਹ ਵੱਛੀ ਨੂੰ ਟੀਕਾ ਲੱਗ ਜੇ, ਹਾਂਜੀ, ਇਹਦੇ ਅੰਦਰ ਕੋਈ ਨੁਕਸ ਨਹੀਂ ਆ, ਕੋਈ ਗੱਲ ਨਹੀਂ, ਕੋਈ ਸੋਝ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਹਾਂਜੀ, ਗੱਲ ਨਹੀਂ। ਹਾਂਜੀ, ਓਕੇ, ਰਿਪੋਰਟ ਆ ਬਿਲਕੁਲ। ਹਾਂਜੀ,
ਇਹ ਹੁਣ ਲੱਖ ਰੁਪਏ ਦੀ ਵੈੜ ਉਤਰਾ ਹੀ ਹੈ ਜੇ ਪੜੇ। ਹਾਂਜੀ ਹਾਂਜੀ ਤਿਆਰ ਕਰੀਏ ਉਤਰਾ। ਆਪਾਂ ਵੇਖੋ ਜਦੋਂ ਭਾਅ ਦਾ ਬੋਲਣਾ ਵਾ। ਅੱਛਾ ਮੁਕਤ ਵਾਲੀ ਵੈੜ ਆ। ਠੀਕ ਹੈ। ਪਰ ਮੁੱਲੇ ਦਾ ਫੀਲ ਕਰ। ਬਾਕੀ ਜਿਹੜੇ ਵੀਰ ਇਹੋ ਜਿਹੀਆਂ ਵੈੜਾਂ ਤਿਆਰ ਕਰਦੇ ਆ ਉਹਨਾਂ ਨੂੰ ਵੀ ਪਤਾ ਵੀ ਕਿੱਥੇ ਜਾ ਕੇ ਤਿਆਰ ਹੁੰਦੀਆਂ ਨਾ ਇਹੋ ਜਿਹੀ। ਚਲੋ ਬਾਕੀ ਜਿਹੜੀਆਂ ਦੋ ਸੂਈਆਂ ਸਵਾਈਆਂ ਤਾਜ਼ੀਆਂ ਉਹ ਵੀ ਤੁਹਾਨੂੰ ਦਿਖਾ ਦਈਏ। ਖਾਣੇ ਦਾ ਚੰਗਾ ਲੱਗਾ ਕਾਫੀ। ਬਾਕੀ ਕੁਛ ਕੁਛ ਭਲਾ ਜਿਹੜੀਆਂ ਦੇ ਹਵਾਨੇ ਤੇ ਹੈਗੀਆਂ ਵਾ ਹਲੇ ਦੱਸੀਏ ਇਹਦੇ ਬਾਰੇ। ਪਹਿਲਾ ਸੂਆ ਵੈੜ ਆ। ਅੱਛਾ ਦੂਜਾ ਸੂਆ ਹੈ ਕਿ ਤੇ ਮੁਫਤ ਦੇ ਦਿਆਂਗਾ। ਠੀਕ ਆ। ਤੇ ਜਿਹੜੀਆਂ ਇਹਦੇ ਵਿੱਚ ਗੁਣ ਨੇ ਇਸ ਵੈੜ ਦੇ ਵਿੱਚ। ਹਾਂਜੀ ਬਹੁਤ ਘੱਟ ਬੱਛੀਆਂ ਦੇ ਗੁਣ ਨੇ ਨਾ। ਠੀਕ ਆ। ਕਿਉਂਕਿ ਪਹਿਲੇ ਸੂਏ ਬੱਛੀਆਂ ਜਿਹੜੀਆਂ ਜਿੰਨੀਆਂ ਮਰਜ਼ੀ ਸਲੱਕ ਹੋਣ। ਹਾਂਜੀ ਉਹ ਵੈੜਾਂ ਜਿਹੜੀਆਂ ਨੇ ਉਹ ਲੱਤ ਮਾੜੀ ਮੋਟੀ ਬਣਾਉਂਦੀਆਂ ਨੇ। ਠੀਕ ਆ। ਪਹਿਲੇ ਸ਼ਾਮੀ ਸੂਈ ਸੀ। ਠੀਕ ਆ। ਮੈਂ ਬੱਚਾ ਲਾ ਕੇ ਤੇ ਥੱਲੇ ਬਿਠਾ। ਹਾਂਜੀ ਇਹਨੇ ਕਰਮ ਵਾਲੀ ਨੇ ਆਖਿਆ ਵੀ ਮੈਂ ਲੱਤ ਨਹੀਂ ਗੀ ਪੁੱਟਣੀ ਜੋ ਮਰਜ਼ੀ ਹੋ ਜਾਵੇ। ਅੱਛਾ ਆਹ ਦੇਖ ਸਕਦੇ ਜੀ ਜਵਾ ਜਿਹੜਾ ਪੂਰਾ ਵਧੀਆ ਲੱਗਾ। ਪਹਿਲੇ ਸੂਏ ਵੈੜਾ ਜਿਹੜੀਆਂ ਨੇ ਕੁਝ ਨਾ ਕੁਝ ਜਿਹੜਾ ਵਾ। ਹਾਂਜੀ ਹੱਥ ਫੁੱਲਾ ਮਾਰਦੀਆਂ ਨੇ ਲੱਤ ਲੁੱਤ ਮਰਦੀਆਂ ਨੇ ਤੇ ਬਾਕੀ ਹੈ ਵੀ ਪੂਰੀ ਸਫਾਈਆਂ ਚ ਪੂਰਾ ਨੋਬਲ ਲੱਗਾ ਤੇ ਪੂਰੀ ਸਫਾਈ ਆ। ਹਾਂਜੀ ਹਾਂਜੀ ਸਿਰਫ ਵੈੜ ਸੂਈ ਆ ਕੱਲ ਉਹਦੇ ਤੇ ਜੱਪ ਲੱਪ ਲੋਪਾ ਲਿਆ ਵਾ। ਹਾਂਜੀ ਪਠਾਨੀ ਦਾ ਵੈੜ ਤੁਹਾਨੂੰ ਪਤਾ ਵੀ ਜਦੋਂ ਵੈੜ ਸੁੰਦੀ ਆ ਕੋਈ ਵੀ ਜਨਮ ਸੁੰਦਾ ਵਾ। ਹਾਂਜੀ ਉਹ ਥੋੜਾ ਜਿਹਾ ਅਸੂ ਮੰਦਾ ਵਾ ਲੱਪੇ ਚ ਆ ਜਾਂਦਾ ਥੋੜਾ ਜਿਹਾ। ਮੈਂ ਤੈਨੂੰ ਬਹੁਤ ਖਰੀਦਣਦਾ ਵਾ। ਠੀਕ ਆ। ਬੱਚੇ ਦਾ ਆਵਲਾ ਜੀ ਬੱਛੀ ਜਿਹੜੇ ਮਗਰ ਇਹਦੇ ਬੱਛੀ ਆ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ? ਦੁੱਧ ਭਾਜੀ ਵੇਖੋ ਪਹਿਲਾ ਸੂਆ ਵਾ। ਹਾਂਜੀ ਝੂਠ ਮਾਰ ਕੇ ਨਿਗਾ ਕੋਈ ਵੀ ਡੰਗਰ ਦੇਣਾ। ਹਾਂਜੀ ਮੈਂ 20 ਕਿਲੋ ਕਰਕੇ ਦਵਾਂਗਾ। ਅੱਛਾ ਅੱਗੋਂ ਕਿਸੇ ਦੀ ਮਿਹਨਤ ਆ ਕਿੰਨੀ ਖਰਾਕ ਪਾਉਂਦਾ ਉਹ ਕਿਸ ਤਰੀਕੇ ਨਾਲ ਚੱਲਦਾ ਵਾ। ਠੀਕ ਹੈ। ਸੈਲ ਜਿਹਦੇ ਖੜਦਾ ਵਾ ਪੱਠੇ ਤੇ ਚੱਲਦਾ ਵਾ। ਹਾਂਜੀ ਹਾਂਜੀ ਸੈਲ ਚੱਲੇਗੀ ਤੇ 20 ਪਾਰ ਜਾਣੀ ਆ। ਹਾਂਜੀ ਹਾਂਜੀ 20 ਕਿਲੋ ਦੀ ਗਰੰਟੀ ਦਵਾਂਗਾ। 20 ਕਿਲੋ ਇੰਨਾ ਕਿਤੇ ਇੰਨਾ ਚੋਣਾ ਹੀ ਚਾਹੀਦਾ ਨਾ ਰਮਾ। ਪਾਏਗੀ ਵੈੜ ਤੋਰੀਆਂ ਫਿਰ ਇਹਨਾਂ ਨੂੰ ਅੱਗੋਂ ਕਾ ਤੋਰੀ ਤੇ ਇਹਦਾ ਮੁੱਲ ਫਿਰ ਭਰਾ ਨੇ। ਹਾਂਜੀ ਫਿਰ ਕੋਈ ਮਾਲ ਖੜਦੇ ਅੱਗੇ ਕੈਮਰਾ ਮਾਰਦੇ ਉਹਨਾਂ ਦੇ ਵੀ। ਠੀਕ ਆ। ਸੱਜਣ ਨੇ ਆਪਣੇ। ਹਾਂਜੀ ਦਿੱਲੀ ਯਾਰ ਨੇ। ਠੀਕ ਆ। ਤੇ ਵੈੜੇ ਲੈਂਦੇ ਹਨ। ਅੱਛਾ ਜੇ ਸੌਦਾ ਹੋਣ ਦਿਆ ਮੁੱਲਿਆਂ ਨੂੰ ਦੱਸਿਆ ਉਹਨਾਂ ਸੌਦਾ ਨਹੀਂ ਕਰੀਦਾ। ਅੱਛਾ ਮੈਂ ਇਹਨਾਂ ਨੂੰ ਕਿਹਾ ਵੀ ਵੀਡੀਓ ਵਾਲਾ ਆਉਣ ਵਾਲਾ ਵਾ। ਹਾਂਜੀ ਹਾਂਜੀ ਮੈਂ ਤੁਹਾਡੇ ਨਾਲ ਮੁੱਲ ਕੀਤਾ ਵਾ। ਹਾਂਜੀ ਇਹ ਨਹੀਂ ਵੀ ਤੁਹਾਡੇ ਨਾਲ ਵੀਡੀਓ ਤੇ ਹੋਰ ਮੁੱਲ ਕੀਤਾ ਤੇ ਵੀਡੀਓ ਤੇ ਹੋਰ ਕਰਾਂਗਾ। ਹਾਂਜੀ ਕਿਉਂਕਿ ਸੱਜਣ ਮੇਰੇ ਮੈਂ ਤਾਂ ਹੀ ਤੁਹਾਨੂੰ ਕਹਾਂਗਾ ਜੇ ਮੈਂ ਵੀਡੀਓ ਤੇ ਵੀ ਉਹ ਮੁੱਲ ਕਰਾਂ ਤਾਂ ਤੁਹਾਡੇ ਨਾਲ ਵੀ ਉਹ ਕਰਾਂਗਾ। ਹਾਂਜੀ ਇਸ ਕਰਕੇ ਮੁੱਲ ਮੱਛੀ ਦਾ 75,000 ਆ। ਅੱਛਾ ਦੇ ਦਿਆਂਗੇ ਉਤਰਾ। ਅੱਛਾ 2,000 ਰੁਪਏ ਹੋਰ ਛੱਡ ਦਿਆਂਗੇ। ਠੀਕ ਆ। ਬਾਕੀ ਕੋ ਫੋਨ ਲਾਵੇ ਕਰੀ ਗੱਲ ਵੇਖੋ ਕੋਈ 2 ਰੁਪਏ ਲੈ ਸਾਨੂੰ ਕੋਈ ਗੁੱਸਾ ਨਹੀਂ ਕਰਦਾ। ਹਾਂਜੀ ਅਸੀਂ ਮਾਲ ਵੇਚਣਾ ਵਾ। ਹਾਂਜੀ ਫੋਨ ਕਰੇ ਕੋਈ ਤੇ ਮੁੱਲ ਲਾਵੇ ਅੱਛਾ ਜਦੋਂ ਮੈਨੂੰ 2 ਰੁਪਏ ਪਦੇ ਮੈਂ ਵੈੜ ਦੇ ਦੇਣੀ ਆ। ਠੀਕ ਹੈ ਜੀ ਇਸ ਕਰਕੇ ਵੀ ਦੇ ਦੇਵਾਂਗੇ। ਠੀਕ ਆ ਹੋਰ ਛੋਟ ਛੱਪਾ ਕਰ ਦਾਂਗੇ ਕੋ ਫੋਨ ਲਾਵੇ ਕਰੀ ਦੇ ਦੇਣਾ ਵੈੜ ਦੇ। ਤੇ ਇਹ ਗੱਬਨ ਆ ਗਈ ਫਿਰ ਨਾ ਪਰ ਬੇਟਾ ਤੈਨੂੰ ਮੇਰੇ ਅੱਡੇ ਦਾ ਪਤਾ ਵਾ। ਹਾਂਜੀ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਦੱਸਦਾ ਵਾ ਵੀ ਜਦੋਂ ਵੀ ਮੇਰੇ ਅੱਡੇ ਤੇ ਆਉਣਾ ਵਾ ਹਾਂਜੀ ਮਾਲ ਤਾਂ ਨਹੀਂ ਮਾੜਾ ਹੁੰਦਾ। ਨਹੀਂ ਮਾਲ ਤੇ ਸੋਹਣਾ ਹੀ ਹੁੰਦਾ। ਨਹੀਂ ਨਹੀਂ ਮੇਰਾ ਪਤਾ ਨਹੀਂ ਸਿਸਟਮ ਹੀ ਜਦੋਂ ਮੈਂ ਵਾਰ ਸ਼ੁਰੂ ਕੀਤਾ ਮੈਂ ਗੰਦ ਕਦੇ ਲਿਆ ਨਹੀਂ।
ਚਲੋ ਹਰ ਕੋਈ ਆਪਾਂ ਹਰ ਕੋਈ ਆਪੋ ਆਪਣੀ ਜਗ੍ਹਾ ਜਿੱਥੇ ਹਰ ਇੱਕ ਬੰਦੇ ਦਾ ਸਿਸਟਮ ਆਪੋ ਆਪਣਾ ਹਾਂਜੀ ਹਾਂਜੀ ਕੋਈ ਛੋਟੇ ਵਿਕਦੇ ਆ ਕਿਸੇ ਕੋ ਵੱਡੇ ਵਿਕਦੇ ਬਾਕੀ ਚਲੋ ਹਰ ਕੋਈ ਵੱਡੇ ਆ ਨਹੀਂ ਲੈ ਸਕਦਾ ਕਿਸੇ ਨੇ ਛੋਟੀਆਂ ਵੀ ਲੈਣੀਆਂ ਹਰ ਇੱਕ ਬੰਦੇ ਦਾ ਆਪੋ ਆਪਣਾ ਸਿਸਟਮ ਆ ਹਾਂਜੀ ਪਰ ਮੇਰੇ ਕੋ ਇਹ ਵੀ ਮੈਂ ਮਾਲ ਜਿਹੜਾ ਵਾ ਖਰਾ ਵੇਚਦਾ ਹਾਂਜੀ ਹਾਂਜੀ ਚੰਗਾ ਮਾਲ ਆਪਣੇ ਵੱਲੋਂ ਵੇਚੀਦਾ ਵਾ ਹਾਂਜੀ ਹਾਂਜੀ ਪੂਰੀ ਸਿਰੇ ਦੀ ਵੈੜ ਆ ਖਰੀ ਵੈੜ ਆ ਸੋਹਣੀ ਵੈੜ ਆ ਠੰਡ ਪਣਾ ਇਹਦੇ ਚ ਵੀ ਇੰਨਾ ਵਾ ਕਹਿਣ ਦੀ ਗੱਲ ਕੋਈ ਨੀਗੀ ਹਾਂਜੀ ਥਾਣ ਵੇਖੋ ਕਿਸ ਤਰ੍ਹਾਂ ਰੁਕ ਰੁਕ ਦਾ ਸਾਨੂੰ ਲੱਗਾ ਵੈੜ ਨੂੰ ਠੀਕ ਹੈ ਗੁਲਾਬੀ ਰੰਗ ਦੇ ਥਣ ਨੇ ਹਾਂਜੀ ਬਹੁਤ ਸੋਹਣੇ ਥਣ ਲੱਗੇ ਆ ਤੇ ਤੋਰੀਆਂ ਇਹਨਾਂ ਵੀ ਜਿਹੜੇ ਤਿਆਰ ਹੋਣੀ ਹੈ ਜਿਹੜੇ ਦੰਦ ਪਾਈਆਂ ਨੇ ਠੀਕ ਆ ਪਹਿਲਾ ਸੁਰਾ ਚੌਕੀ ਵੜ ਜੇ ਹਾਂਜੀ ਹਾਂਜੀ ਆ ਦੇ ਸਾਦੇ ਪਿਓਰ ਚਾਰ ਦੰਦ ਆ ਜਿਹੜੀ ਤੋਰ ਦੋ ਇਹਨਾਂ ਹੈਗੀ ਪਿਓਰ ਚਾਰ ਦਿੰਦੇ ਆ ਅਤੇ ਹਾਲੇ ਤਿਆਰ ਹੋਣੀ ਆ ਹੋਰ ਕੱਦ ਕਾਠੇ ਦਾ ਪੂਰਾ ਵੱਡੀਆਂ ਗਾਵਾਂ ਵਰਗਾ ਹੀ ਆ ਸੂਹਾ ਭਾਵੇਂ ਇਹਦਾ ਪਹਿਲਾਂ ਹੀ ਆ ਲੈ ਜਾਓ ਜੀ ਬਾਕੀ ਨੋਰਮਲ ਜਿਹੀਆਂ ਭਲਾਵਾਂ ਕੋਈ ਬਹੁਤੀਆਂ ਜ਼ਿਆਦੀਆਂ ਭਲਾ ਨਹੀਂ ਹੈ ਇਹਦੇ 'ਤੇ ਇਹਦਾ ਮੁੱਲ ਫਿਰ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ 80,000 ਦੀ ਦੇ ਦਿਓਗੇ ਚਲੋ ਬਾਕੀ ਕੋਈ ਫੋਨ ਲਾ ਕੇ ਠੀਕ ਆ ਤੇ ਠੀਕ ਆ ਹੋਰ ਕੁਛ ਕਹਿਣਾ ਬਸ ਮਿਹਰਬਾਨੀ ਆ ਤੁਸੀਂ ਆਏ ਹੋ ਠੀਕ ਜੀ ਅੱਜ ਤੁੜੀ ਬਣਾਉਂਦੇ ਆ ਆ ਕੰਮ ਦੇ ਆ ਚੱਲਣ ਉਧਰ ਵੀ ਤੁਸੀਂ ਪਹਿਲਾਂ ਸਲਿੱਪ ਜਾਂ ਮੜਾ ਜਾਂ ਮਾਰਿਆ ਸੀ ਵੀ ਅੱਜ ਬਾਹਰ ਬਾਹਰ ਲੰਘ ਜਾਣਾ ਵਾ ਠੀਕ ਆ ਪਰ ਮੈਂ ਤੁਹਾਨੂੰ ਬੇਨਤੀ ਕੀਤੀ ਪਤਰਾ ਪਰ ਸ਼ੁਰੂ ਮੇਰੇ ਘਰੋਂ ਕੰਮ ਕੀਤਾ ਸੀ ਤੁਹਾਡਾ ਹੁਕਮ ਹੋਇਆ ਸੀ ਹੁਣ ਆਉਣਾ ਤੇ ਪੈਣਾ ਸੀ ਚਲੋ ਮੈਂ ਮਾਣਨਾ ਨਹੀਂ ਕੀਤਾ ਹਾਂਜੀ ਹਾਂਜੀ ਮੈਂ ਇਹ ਬੇਨਤੀ ਤੈਨੂੰ ਕੀਤੀ ਉਹ ਧਿਆਨ ਨਾਲ ਕਿ ਤੂੰ ਆ ਗਿਆ ਧੰਨਵਾਦ ਤੇਰਾ ਹਾਂਜੀ 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 ਠੀਕ ਅਗਲੇ ਬੰਦੇ ਨੂੰ ਮੈਂ ਬੇਨਤੀ ਕਰਦਾ ਵੀ ਆਪਣੀ ਸਮਝਣਾ ਵੇਖ ਚਾਖ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।